जिस बंदे नूं जीण लई पानी नहीं मिलता साफ सुथरा, तो जे सीवरेज का पानी घर घर के मूहरे खड़ा है, वह की जीवेगा इत्थे। 70 साल हो सानूं देश नूं आजाद होया नूं, असीं उत्थे थले ही थले गिर रहे हैं, कोई तरक्की नहीं है। और मोहल्ले वाले इलाका निवासी इन्ना कु परेशान ने पानी तो, भी टुल्लू पंप चलाए बिना पानी घर च नहीं आता है। लोग बीमार हो रहे हैं गंदा पानी पी पी के, कांग्रेस के कांग्रेसियों के वार्ड च लगे हुए हैं काम करने। साडे वार्ड च बंदा भी नहीं दिता जा रहा काम करने, ना सफाई सेवक चज नाल काम कर रहे हैं, ना कोई पानी का प्रबंध सही है, सुनवाई नहीं हो रही। देखो सारे वार्ड वाले दुखी ने, पानी का निकास नहीं है, घरों लोग बाहर निकल नहीं सकते, बिल्कुल सफाई नहीं करते, बिल्कुल इधर ध्यान नहीं। वो नाप इस 18 नंबर वार्ड में तो वो नापे का हिस्से नहीं मानते मेरे। असी जाके कमेटी का घराओ करांगे, असी सारे कमेटी के भावें सू भुख हड़ताल से बैठना पावे तो भावें धरने देने पैण, असी इन दिन लाठियों तो या इन डंडिया तो नहीं डरते हैं, असी पूरा हिम्मत नाल असी उत्थे बैठांगे जाके। देखो जी जिहड़ा सरकार बनती है वह सारी जनता वास्ते बनती है, ये नहीं हुंदा कि यह वार्ड अकाली दल दा इत्थे काम ना किया जाए। इस तरह कोई भी सरकार है वितकरा करती है ठीक नहीं, वास्ते ये नरक बनया पिया है, वाधू नारे ने सरकार दे। वार्ड नंबर 18 च जी इस टाइम खड़े सी, मैं इतों अपना श्रोमणी अकाली दल तो इलैक्शन जितया सी एम सी दी, ते साढ़े वार्ड च एक पानी की पीण की जिहड़ी प्रॉब्लम है वो बड़ी वड्डी दिक्कत है, ते एक इत्थे सीवरेज जिहड़ा सीवरेज का पानी नालियां का पानी है ब्लॉक होया, नालियां ब्लॉक हो सीवरेज ब्लॉक होया, पानी निकल के सड़कों पर आया होया, जिहड़े कि इत्थे दे मोहल्ला निवासियों भी दिक्कत बहुत आ रही है, स्मैल बहुत है, गंदगी बहुत फैली हुई है, जिस करके बीमारियों का घर बनया होया इस टाइम मोहल्ला करतारपुरा वार्ड नंबर 18। ਕੀ ਤੁਸੀਂ ਕਦੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਜਾਂ ਉਹਨਾਂ ਨੂੰ ਕੋਈ ਲਿਖਤੀ ਰੂਪ 'ਚ ਜਾਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ? ਸਾਰਿਆਂ ਦੇ ਧਿਆਨ 'ਚ ਲਿਆਤੀ ਹੋਈ ਹੈ ਜੀ, ਸਾਰਿਆਂ ਨੂੰ ਫੋਨ ਕੀਤੇ ਹੋਏ ਨੇ, ਬਕਾਇਦਾ ਮਿਲ ਕੇ ਵੀ ਦੱਸਿਆ ਹੋਇਆ ਵੀ ਸਾਡੇ ਮੋਟਰ ਲੱਗੇ ਸਾਲ ਹੋ ਗਿਆ ਵੀ ਤੁਸੀਂ ਉਹਨੂੰ ਚਾਲੂ ਕਰੋ। ਮੁਤਰੀ ਮਾਮਲਾ ਕਰੇਗਾ ਮੈਂ ਜਿਹੜਾ ਅਸੀਂ ਸਾਰਿਆਂ ਦੇ ਧਿਆਨ 'ਚ ਲਿਆਤਾ ਹੋਇਆ, ਸੀਵਰੇਜ ਦਾ ਵੀ ਧਿਆਨ 'ਚ ਲਿਆਤਾ ਹੋਇਆ, ਨਾਲੀਆਂ ਦਾ ਵੀ ਧਿਆਨ 'ਚ ਲਿਆਤਾ ਹੋਇਆ, ਲਾਈਟਾਂ ਦਾ ਵੀ ਧਿਆਨ 'ਚ ਲਿਆਤਾ ਹੋਇਆ, ਇਹਨੇ ਵੀ ਅਸੀਂ ਕਦੇ ਮਿਲੇ ਨਹੀਂ ਹੈਗੇ, ਅਸੀਂ ਬਕਾਇਦਾ ਜਾ ਕੇ ਮਿਲ ਕੇ ਦੱਸਿਆ ਹੋਇਆ ਸਾਰਿਆਂ ਨੂੰ, ਅਫਸਰਾਂ ਨੂੰ ਫੋਨ ਤੱਕ ਕਰੀਦੇ ਨੇ, ਅਫਸਰ ਕਹਿ ਦਿੰਦੇ ਨੇ ਸਾਡੇ ਕੋਲ ਬੰਦੇ ਨਹੀਂ ਹੈਗੇ ਜੀ, ਸਾਡੇ ਕੋਲ ਘਾਟ ਹੈ ਬੰਦਿਆਂ ਦੀ, ਅਸੀਂ ਬੰਦੇ ਨਵੇਂ ਰੱਖਾਂਗੇ, ਕਦੋਂ ਰੱਖਣੇ ਨੇ? ਮੈਂ ਤਾਂ 20 ਸਾਲ ਹੋ ਗਏ, ਮੈਂ ਇੱਥੇ ਤਾਂ ਜੰਮਪਲ ਹਾਂ, ਮੈਂ 20 ਸਾਲ 25 ਸਾਲ ਮੈਨੂੰ ਹੋ ਗਏ ਦੇਖਦਿਆਂ ਨੂੰ, ਵੀ ਕੋਈ ਇੱਥੇ ਵਿਕਾਸ ਨਹੀਂ, ਕੋਈ ਨਾਲੀਆਂ ਦਾ ਨਹੀਂ, ਕੋਈ ਸੀਵਰੇਜ ਦਾ ਨਹੀਂ, ਬੁਰਾ ਹਾਲ। ਅਸੀਂ ਜਿੰਨੇ ਵੀ ਅਕਾਲੀ ਦਲ ਦੇ ਐਮ ਸੀ ਜਿੱਤੇ ਹੋਏ ਹਾਂ ਅਤੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸਪੋਰਟਰ ਵੀ ਨਾਲ ਖੜ੍ਹੇ ਨੇ, ਅਸੀਂ ਜਾ ਕੇ ਕਮੇਟੀ ਦਾ ਘਿਰਾਓ ਕਰਾਂਗੇ, ਅਸੀਂ ਸਾਰੇ ਕਮੇਟੀ ਦੇ ਭਾਵੇਂ ਸਾਨੂੰ ਭੁੱਖ ਹੜਤਾਲ 'ਤੇ ਬੈਠਣਾ ਪਵੇ ਤਾਂ ਭਾਵੇਂ ਧਰਨੇ ਦੇਣੇ ਪੈਣ, ਅਸੀਂ ਇਹਨਾਂ ਦੀਆਂ ਲਾਠੀਆਂ ਤੋਂ ਜਾਂ ਇਹਨਾਂ ਦੇ ਡੰਡਿਆਂ ਤੋਂ ਨਹੀਂ ਡਰਦੇ ਹੈਗੇ, ਅਸੀਂ ਪੂਰਾ ਹਿੰਮਤ ਨਾਲ ਅਸੀਂ ਉੱਥੇ ਬੈਠਾਂਗੇ ਜਾ ਕੇ, ਧਰਨੇ ਦਾਂਗੇ ਜੀ, ਕੋਈ ਗੱਲ ਨਹੀਂ, ਜੇ ਨਹੀਂ ਵਿਕਾਸ ਕਰਾਂਗੇ ਜਾਂ ਸਾਡੇ ਕੰਨੀ ਧਿਆਨ ਨਹੀਂ ਦੇਣਗੇ। ਦੇਖੋ ਜੀ ਜਿਹੜਾ ਸਰਕਾਰ ਬਣਦੀ ਆ ਉਹ ਸਾਰੀ ਜਨਤਾ ਵਾਸਤੇ ਬਣਦੀ ਹੈ, ਇਹ ਨਹੀਂ ਹੁੰਦਾ ਕਿ ਇਹ ਵਾਰਡ ਅਕਾਲੀ ਦਲ ਦਾ ਇੱਥੇ ਕੰਮ ਨਾ ਕੀਤਾ ਜਾਵੇ। ਇਸ ਤਰ੍ਹਾਂ ਕੋਈ ਵੀ ਸਰਕਾਰ ਹੈ ਵਿਤਕਰਾ ਕਰਦੀ ਹੈ ਠੀਕ ਨਹੀਂ, ਉਹਦੇ ਵਾਸਤੇ ਇਹ ਨਰਕ ਬਣਿਆ ਪਿਆ। ਵਾਧੂ ਨਾਅਰੇ ਨੇ ਸਰਕਾਰ ਦੇ ਕਿ ਅਸੀਂ ਬੜੀ ਤਰੱਕੀ ਕਰ ਰਹੇ ਹਾਂ, ਗੇਟ ਬਣਾ ਰਹੇ ਹਾਂ, ਗੇਟਾਂ ਨਾਲ ਕੋਈ ਤਰੱਕੀ ਨਹੀਂ ਹੁੰਦੀ, ਜੇ ਲੋਕਾਂ ਨੂੰ ਪਾਣੀ ਸਾਫ਼ ਨਹੀਂ ਮਿਲਦਾ, ਨਿਕਾਸੀ ਪਾਣੀ ਦੀ ਨਹੀਂ ਹੈਗੀ, ਤਾਂ ਉਹ ਨਰਕ ਇਸ ਤੋਂ ਵੱਡਾ ਨਰਕ ਕੀ ਹੋ ਸਕਦਾ? ਆਮ ਸਮੱਸਿਆ ਪਾਣੀ ਪੀਣ ਦੀ ਸਮੱਸਿਆ, ਜਿਸ ਬੰਦੇ ਨੂੰ ਜੀਣ ਲਈ ਪਾਣੀ ਨਹੀਂ ਮਿਲਦਾ ਸਾਫ਼ ਸੁਥਰਾ, ਅਤੇ ਜੇ ਸੀਵਰੇਜ ਦਾ ਪਾਣੀ ਘਰ ਦੇ ਮੂਹਰੇ ਖੜ੍ਹਾ ਹੈ, ਉਹ ਕੀ ਜੀਵੇਗਾ ਇੱਥੇ? ਕਿ ਉਹ ਜ਼ਿੰਦਗੀ ਹੈ ਉਹਦੀ ਜੀਣ ਦੀ? 70 ਸਾਲ ਹੋ ਗਏ ਸਾਨੂੰ ਦੇਸ਼ ਨੂੰ ਆਜ਼ਾਦ ਹੋਇਆ ਉਹਨੂੰ, ਅਸੀਂ ਉੱਥੇ ਥੱਲੇ ਹੀ ਥੱਲੇ ਗਿਰ ਰਹੇ ਹਾਂ, ਕੋਈ ਤਰੱਕੀ ਨਹੀਂ ਹੈ, ਇਹ ਇੱਕ ਨਾਰਾ ਹੀ ਹੈ, ਅਸੀਂ ਨਾਭੇ ਨੂੰ ਪੈਰਸ ਬਣਾ ਰਹੇ ਹਾਂ। ਜੈ ਹਿੰਦ, ਜੈ ਭਾਰਤ। 18 ਨੰਬਰ ਵਾਰਡ ਦੇ ਬਹੁਤ ਬੁਰੇ ਹਾਲ ਨੇ, ਇੱਥੇ ਐਮ ਸੀ ਜਿੱਤੇ ਹੋਣੇ ਆਪਣੇ ਸਣੀ ਜੀ, ਇਹ ਬਹੁਤ ਇਹਨਾਂ ਨੇ ਬਹੁਤ ਵਾਰ ਉਹਨਾਂ ਨੂੰ ਕਹਿ ਲਿਆ ਕਿ ਜਾ ਕੇ, ਇਹਨਾਂ ਨੇ ਬਹੁਤ ਵਾਰ ਉਹਨਾਂ ਨੂੰ ਆਪਣੀ ਆਵਾਜ਼ ਉਠਾਈ ਆ, ਆਪਣੇ ਮਿਊਂਸੀਪਲ ਕਮੇਟੀ ਵਾਲਿਆਂ ਨੂੰ ਅਤੇ ਜਿਹੜੀ ਇੱਥੇ ਕਮੇਟੀ ਆ ਉਹਨਾਂ ਨੂੰ, ਜਿਹੜੇ ਪ੍ਰਧਾਨ ਨੇ ਉਹਨਾਂ ਨੂੰ, ਪਰ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਦੇਖੋ ਸਾਰੇ ਵਾਰਡ ਵਾਲੇ ਦੁਖੀ ਨੇ, ਪਾਣੀ ਦਾ ਨਿਕਾਸ ਨਹੀਂ ਹੈਗਾ, ਘਰੋਂ ਲੋਕ ਬਾਹਰ ਨਿਕਲ ਨਹੀਂ ਸਕਦੇ, ਬਿਲਕੁਲ ਸਫਾਈ ਨਹੀਂ ਕਰਦੇ, ਬਿਲਕੁਲ ਇੱਧਰ ਧਿਆਨ ਨਹੀਂ।
वह नाब इस 18 नंबर वार्ड में तो वह नाबे का हिस्से नहीं मानते मेरे मुताबिक तो वह कहू अपना समझते नहीं कारण की है जी। इतों देखो अकाली दल के बहुमत नाल वोटों से जितते हुए ने सनी जी, इन्हों लोगों ने चाहिया जितया इन्हों तो उम्मीदा रखिया पर इन्हों विकास कर नहीं देंगे क्योंकि लोग इन्हों कहते हैं मजबूर ने उन्होंने कहें उन्होंने कोई सुनवाई नहीं हो रही पर लोगों ने इस वधिया इंसान समझ के यह मेहनती मुंडा सीगा हुण भी मेहनत करता पर इन्हां दी सुनवाई नहीं हो रही इस करके सरकार पक्षबाजी इस 18 नंबर वार्ड नाल बहुत ज़्यादा मतरी माँ वाला मतलब कि सलूक कर रही है।